ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ ਅੱਜ ਆਪਾਂ ਸਿਨੇਮੇ ਦੀ ਗੱਲ ਕਰਾਂਗੇ ਮੈਂ ਅਕਸਰ ਆਖਦਾ ਹੁੰਦਾ ਹਾਂ ਕਿ ਨਵੀਂ ਪੁਰਾਣੀ ਜਿਹੜੀ ਪੀੜ੍ਹੀਆਂ ਆਪਸ ਵਿੱਚ ਪਰਤਦੀ ਆਉਂਦੀ ਜਾਂਦੀ ਰਹਿੰਦੀ ਹੈ ਲੱਗ ਗਿਆ ਅੱਜ ਮਹਿਮਾਨ ਹੈ ਜਿਨ੍ਹਾਂ ਨੂੰ ਤੁਸੀਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੇ ਵਿੱਚ ਦੇਖਿਆ ਤੇ ਆਉਣ ਵਾਲੇ ਦਿਨਾਂ 'ਚ ਸਿਨੇਮੇ ਦਾ ਜਿਹੜਾ ਵੱਡਾ ਪਰਦਾ ਉੱਤੇ ਫੇਰ ਦੇਖੋਗੇ ਨਵੀਆਂ-ਨਵੀਆਂ ਜਿਹੜੀਆਂ ਉਹਨਾਂ ਦੀ ਸ਼ੂਟਿੰਗ ਚੱਲ ਰਹੀਆਂ ਹਨ ਫਿਲਮਾਂ ਆਉਣਗੀਆਂ ਨੋ ਜਨ ਕੁੜੀਆਂ ਦਾ ਆਉਣਾ ਆਮ ਦਾ ਜਿਹੜੀ ਸਿਨੇਮੇ ਦੇ ਵਿੱਚ ਉਹਨੂੰ ਲੋਕ ਜਿਹਾ ਆਖਦੇ ਨੇ ਕਿਵੇਂ ਆਉਣਾ ਹੋਇਆ ਕੀ ਦਾਸਤਾਨ ਹੈ ਸਾਰੀਆਂ ਗੱਲਾਂ ਕਰਦੇ ਸਭ ਤੋਂ ਪਹਿਲਾਂ ਕਰਦੇ ਸਵਾਗਤ ਬਹੁਤ ਬਹੁਤ ਸਵਾਗਤ ਸਸ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਮੈਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਇਧਰ ਕਿਵੇਂ ਆਉਣਾ ਹੋਇਆ ਕੁੜੀਆਂ ਨੂੰ ਅਕਸਰ ਹੁੰਦਾ ਵੀ ਪੜ ਲਿਆ ਵਿਆਹ ਦੀਏ ਸਿਨੇਮੇ ਦੇ ਵਿੱਚ ਕੀ ਰਾਜਨੀਤੀ ਤੇ ਸਿਨੇਮਾ ਦੋ ਇਹ ਜੀ ਫੀਲਡ ਨੇ ਜਿੱਥੇ ਕੁੜੀਆਂ ਦਾ ਘਟ ਆਉਣਾ ਬਣਦਾ ਤੁਹਾਡਾ ਇਸ ਵੱਬ ਕਿਵੇਂ ਬਣਿਆ ਦੇਖੋ ਸੁਪਣਿਆਂ ਦਾ ਕੋਈ ਵੀ ਮਤਲਬ ਰਾਣੀ ਹੁੰਦਾ ਸੋ ਆਪਾਂ ਸੁਪਨੇ ਉਹੀ ਵੇਖ ਸਕਦੇ ਆ ਜਿਹੜੇ ਅੰਬਰਾਂ ਦਾ ਪਾਰ ਹੋਏ ਸੋ ਮੇਰੇ ਲਈ ਇੱਕ ਸੁਪਨਾ ਹੀ ਆ ਤੇ ਮੈਂ ਚਾਹੁੰਦੀ ਆ ਕਿ ਸੁਪਨਾ ਮੈਂ ਵਧੀਆ ਢੰਗ ਦੇ ਨਾਲ ਪੂਰਾ ਕਰਾਂ ਪਰ ਇਨਸਾਨ ਦੇ ਇੱਕ ਜਿਹਨੂੰ ਕਹਿੰਦੇ ਆ ਇੱਕ ਡ੍ਰੀਮ ਹੁੰਦਾ ਇੱਕ ਕਹਿ ਸਕਦੇ ਆ ਕਿ ਰੋਲ ਮਾਡਲ ਹੁੰਦਾ ਤੁਹਾਡੇ ਸਾਹਮਣੇ ਜਦੋਂ ਤੁਸੀਂ ਕਿਸੇ ਰਾਹ ਬਾਰੇ ਸੋਚਦੇ ਹੋ ਸੁਪਨਾ ਲੈਂਦੇ ਹੋ ਤਾਂ ਇੱਕ ਰੋਲ ਮਾਡਲ ਵੀ ਹੁੰਦਾ ਕਿੰਨੇ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਇਧਰੋਂ ਮੈਂ ਬਚਪਨ ਤੋਂ ਹੀ ਬਹੁਤ ਜ਼ਿਆਦਾ ਇੰਟਰਸਟ ਲੈਣੀ ਹਾਂ ਐਕਟਿੰਗ ਲਾਈਨ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਆਪਾਂ ਪਾਰਟਿਸਿਪੇਟ ਕਰਦੇ ਹਾਂ ਤੇ ਬਹੁਤ ਹਰ ਇੱਕ ਆਰਟਿਸਟ ਜਿਹੜਾ ਪੰਜਾਬ ਦੇ ਹੈਗੇ ਸੀ ਨੀਅਰ ਆਰਟਿਸਟ ਹੈਗੇ ਨੇ ਮਲਕੀਤ ਸਰ ਹੈਗੇ ਨੇ ਗੁਰਪ੍ਰੀਤ ਪੰਘੂ मैम ਨੇ ਇਹਨਾਂ ਤੋਂ ਬਹੁਤ ਕੁਝ ਸਿੱਖਨ ਨੂੰ ਮਿਲਦਾ ਵਾ ਉਹਨਾਂ ਦੀ ਡਾਇਲੌਗ ਡਿਲੀਵਰੀ ਫੇਸ਼ੀਅਲ ਐਕਸਪ੍ਰੈਸ਼ਨ ਹਰ ਇੱਕ ਆਰਟਿਸਟ ਤੋਂ ਮੈਂ ਇੱਕ ਇੱਕ ਨੂੰ ਜ਼ਰੂਰ ਲੈਣੀ ਆ ਜੇ ਆਪਾਂ ਕਹੀ ਜਾਵੇ ਇੱਕ ਨਹੀਂ ਇੱਕ ਨਹੀਂ ਸਾਰੀ ਪੰਜਾਬੀ ਇੰਡਸਟਰੀ ਨੇ ਮੈਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੋਇਆ ਵਾ ਕਿ ਮੈਂ ਇੱਕ ਬੰਦੇ ਨੂੰ ਨਹੀਂ ਕਹਿ ਸਕਦੀ ਸਾਰਿਆਂ ਨੇ ਬਹੁਤ ਕੁਝ ਸਿਖਾਇਆ ਹੋਇਆ ਬੱਡੇ ਸਨਮੇ ਦੇ ਵਿੱਚ ਇਹ ਸ਼ੁਰੂਆਤ ਤੁਹਾਡੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੋਂ ਹੀ ਹੋਈ ਕਿ ਇਸ ਤੋਂ ਪਹਿਲਾਂ ਵੀ ਕੁਝ ਕੀਤਾ ਵੱਡਾ ਹਾਂਜੀ ਜੀ ਪੰਜਾਬੀ ਤੇ ਸੀਰੀਅਲ ਆਂਦਾ ਸੀ ਆਪਣਾ ਤੂ ਪਤੰਗ ਮੈਡੋਰ ਬਟ ਡੈਬਿਊ ਮੂਵੀ ਜਿਹੜੀ ਸੀ ਮੇਰੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਸੀ ਇੱਕ ਸੀਰੀਅਲ ਤੇ ਫਿਲਮ ਦੇ ਵਿੱਚ ਸ਼ਿਫਟ ਹੁੰਦੇ ਹੋ ਤੁਸੀਂ ਕੀ ਫਰਕ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਫਰਕ ਹੈ ਸੀਰੀਅਲ ਦੇ ਵਿੱਚ ਆਪਾਂ ਦਿਨ ਰਾਤ ਇੱਕ ਸਾਲ ਕੰਮ ਕਰਦੇ ਆ ਹਨਾ ਉਹਦੇ ਵਿੱਚ ਕੋਈ ਬ੍ਰੇਕ ਜੀ ਨਹੀਂ ਮਿਲਦੀ ਆਪਾਂ ਨੂੰ ਸਿਰਫ ਕੰਮ ਨਾਲ ਹੀ ਮਤਲਬ ਰਹਿੰਦਾ ਵਾ ਇੱਕ ਇੱਕੇ ਕਿਰਦਾਰ ਜਿਹੜਾ ਹੈਗਾ ਆਪਾਂ ਨੂੰ ਉਹਨੂੰ ਮੋਲਡ ਕਰਕੇ ਉਹਨੂੰ ਲੰਮਾ ਖਿੱਚਦੇ ਆ ਹਨਾ ਬਟ ਫਿਲਮ ਦੇ ਵਿੱਚ ਸਿਰਫ ਸਾਡੇ ਕੋਲ 2.5 ਘੰਟੇ ਹੁੰਦੇ ਆ ਇੱਕ ਦਿਖਾਉਣ ਵਾਸਤੇ ਕਿਰਦਾਰ ਜਿਹੜਾ ਵਾ ਲਾਈਫਟਾਈਮ ਲਈ ਲੋਕਾਂ ਨੂੰ ਯਾਦ ਰਵੇ ਜੀ ਹਾਂਜੀ ਜਦੋਂ ਕੈਮਰਾ ਫੇਸ ਕੀਤਾ ਪਹਿਲੀ ਵਾਰ ਤਾਂ ਕੋਈ ਇਸ ਤਰ੍ਹਾਂ ਦੀ ਯਾਦ ਨਰਵਸ ਹੋਏ ਹੋ ਜਾਂ ਲੱਗਿਆ ਹੋਵੇ ਵੀ ਇਹ ਨਹੀਂ ਹੋ ਪਾਣਾ ਨਹੀਂ ਮੈਨੂੰ ਮਤਲਬ ਮੇਰਾ ਆਪ ਦਾ ਨੇਚਰ ਹੀ ਐਵੇਂ ਦਾ ਵਾ ਮੈਂ ਕੋਈ ਵੀ ਨਵੀਂ ਚੀਜ਼ ਕਰਾਂ ਤੇ ਮੈਂ ਨਰਵਸ ਨਹੀਂ ਹੁੰਨੀ ਪਤਾ ਨਹੀਂ ਕਿਉਂ ਰੱਬ ਦੀ ਮੇਰੇ ਨਾਲ ਹੀ ਰਹਿੰਦੀ ਹੈ ਹਾਂਜੀ ਤੇ ਹੁਣ ਕੀ ਚੱਲ ਰਿਹਾ ਅੱਜਕੱਲ ਤੁਸੀਂ ਸੈੱਟ ਤੇ ਪਹੁੰਚੇ ਹੋ ਸਾਡੇ ਮੂਵੀ ਦਾ ਸ਼ੂਟ ਚੱਲ ਰਿਹਾ ਪਿਸਤੌਲ ਤੇ ਇਹ ਵੀ ਛੇਤੀ ਰਿਲੀਜ਼ ਹੋ ਰਹੀ ਹੈ ਤੇ ਹੋਰ ਵੀ ਮੂਵੀਜ਼ ਜਿਹੜੀਆਂ ਮੈਂ ਆਲਰੇਡੀ ਸ਼ੂਟ ਹੋਈਆਂ ਪਈਆਂ ਵਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਬੀ ਅਗਲੇ ਮਹੀਨੇ ਸ਼ੱਕਰਪਾਰੇ ਸਾਡੀ ਆ ਰਹੀ ਹੈ ਡੇਟ ਫਾਈਨਲ ਨਹੀਂ ਹੋਈ ਉਸ ਤੋਂ ਬਾਅਦ ਸ਼ੱਕਰਪਾਰੇ ਆ ਰਹੀ ਹੈ ਸ਼ੱਕਰਪਾਰੇ ਤੋਂ ਬਾਅਦ ਕੁਲਚੇ ਛੋਲੇ ਆ ਰਹੀ ਹੈ ਹਨਾ ਤੇ ਹੁਣ ਪਸਤੋਲ ਆ ਰਹੀ ਹੈ ਹੋਰ ਵੀ ਕਾਫੀ ਜਿਹੜੀਆਂ ਫਿਲਮਾਂ ਵਾਂ ਉਹ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਨੂੰ ਦੇਖੀ ਤਾਂ ਹਰ insan ਦੀ ਜੀਵਨ ਦੇ ਵਿੱਚ ਇੱਕ ਮਾਪਿਆਂ ਦਾ ਆਲੇ ਦੁਆਲੇ ਦਾ ਇੱਕ ਰੋਲ ਹੁੰਦਾ ਹੈ ਉਡੀਆਂ ਨੂੰ ਅਕਸਰ ਜਿੱਥੇ ਸਿਨਮੇ ਨੇ ਐਕਸੈਪਟ ਕਰਨਾ ਹੈ ਆਲੇ ਦੁਆਲੇ ਨੇ ਐਕਸੈਪਟ ਕਰਨਾ ਹੈ ਘਰਦਿਆਂ ਦੀ ਵਿਚਾਰਧਾਰਾ ਦੇ ਨਾਲ ਵੀ ਚੱਲਣਾ ਹੁੰਦਾ ਹੈ ਹਾਂਜੀ ਹੱਲਾਸ਼ੇਰੀ ਮਿਲਦੀ ਰਹੀ ਪਰਵਾਰ ਤੋਂ ਹਾਂਜੀ ਹਾਂਜੀ ਹੱਲਾਸ਼ੇਰੀ ਮੇਰੀ ਮਾਂ ਮੇਰਾ ਰੱਬ ਉਹ ਹਮੇਸ਼ਾ ਹੀ ਮੈਨੂੰ ਅੱਗੇ ਵਧਣ ਲਈ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਆ ਮੈਂ ਚੰਨੀ ਹਰ ਇੱਕ ਦਿਨ ਨਿੱਜੀ ਜ਼ਿੰਦਗੀ ਚ ਕੋਈ ਨਾ ਕੋਈ ਦਿੱਕਤ ਰਹਿੰਦੀ ਆ ਹਨਾ ਪਰ ਮੇਰੀ ਮਾਂ ਨੇ ਮੈਨੂੰ ਕਦੀ ਦਿੱਕਤ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤੀ ਬਸ ਮੈਨੂੰ ਪੁਸ਼ ਕਰਦੇ ਆ ਅੱਗੇ ਵਧੋ ਅੱਗੇ ਵਧੋ ਰੱਬ ਦੀ ਮਿਹਰ ਦੇ ਨਾਲ ਜਦੋਂ ਇਸ ਲਾਈਨ ਦੇ ਵਿੱਚ ਆਏ ਆ ਐਕਟਿੰਗ ਲਾਈਨ ਚ ਬਹੁਤ ਚੰਗੇ ਲੋਕ ਵੀ ਮੇਰੇ ਨਾਲ ਜੁੜੇ ਨੇ ਜਿਹੜੇ ਮੈਨੂੰ ਮੋਟੀਵੇਟ ਕਰਦੇ ਰਹਿੰਦੇ ਨੇ ਆਪਣੇ ਆਪ ਚ ਮਤਲਬ ਓਗਨ ਸਾਧਾ ਨੂੰ ਪਤਾ ਇੱਕ ਇਨਸਾਨ ਪੁੱਤਲਾ ਹੀ ਓਗੰਦਾ ਹੁੰਦਾ ਵਾ ਸੋ ਮੈਨੂੰ ਮੇਰੇ ਓਗਨ ਦੱਸ ਕੇ ਮੈਨੂੰ ਗੁਨਾ ਦੇ ਨਾਲ ਭਰਦੇ ਨੇ ਮੇਰੀ ਮਾਂ ਜਿਹੜੀ ਕੋਈ ਵੀ ਕਮੀ ਪੇਸ਼ੀ ਲੱਗੇ ਮੈਂ ਕੰਮ ਕਰਦੀ ਘਰ ਦੇ ਦੇਖਦੇ ਜੀਵਨ ਦੀ ਵਿੱਚ ਅਹਿਮੀਅਤ ਜ਼ਰੂਰ ਦੇਣੀ ਜਿਹੜੇ ਮੈਨੂੰ ਔਗਣ ਦੱਸਣ ਮੇਰੀਆਂ ਗਲਤੀਆਂ ਦੱਸਣ ਹਾਂਜੀ ਅੱਜ ਕੱਲ ਦਾ ਇੱਕ ਸਮਾਂ ਸੋਸ਼ਲ ਮੀਡੀਆ ਮੀਡੀਆ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਿਹਾ ਹੈ ਹਾਂਜੀ ਸਿਨੇਮੇ ਦੇ ਵਿੱਚ ਸਟੇਬਲ ਰੈਨਰੀ ਸਿਨੇਮੇ ਦੇ ਵਿੱਚ ਬਣੇ ਰਹਿਣ ਲਈ ਇੱਕ ਸਿੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੁਸੀਂ ਇੱਕ ਤਾਂ ਸੀਨੀਅਰ ਆਰਟਿਸਟ ਆ ਤੁਸੀਂ ਸਿੱਖਦੇ ਹੋ। ਵੱਖਰੇ ਤੌਰ ਤੇ ਵੀ ਕੁਝ ਸਿੱਖਿਆ ਜਾਂ ਥੀਏਟਰ ਨਾਲ ਜੁੜੇ ਹੋ। ਜਦੋਂ ਆਪਾਂ ਕਿਸੇ ਸ਼ੂਟ ਤੇ ਜਾਂਦੇ ਨਾ ਪੈਰ ਧਰਦੇ ਆ ਸਾਰੀ ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਹਰ ਇੱਕ ਦਿਨ ਆਪਾਂ ਨੂੰ ਨਵੀਂ-ਨਵੀਂ ਚੀਜ਼ ਕੋਈ ਸਿਖਾ ਕੇ ਹੀ ਜਾਂਦਾ ਵਾ। ਨਵੇਂ-ਨਵੇਂ ਇਨਸਾਨਾਂ ਨਾਲ ਮਿਲਦੇ ਆ, ਨਵੀਂ-ਨਵੀਂ ਟੀਮ ਹੁੰਦੀ ਆ। ਨਿੱਕੇ-ਨਿੱਕੇ ਚੀਜ਼ਾਂ ਜਿਹੜੀਆਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਰਹਿੰਦੀਆਂ। ਬੰਦੇ ਦਾ ਪੇਸ਼ੈਂਸ ਲੈਵਲ ਇਨਕਰੀਜ਼ ਹੁੰਦਾ ਸੈਨੂੰ ਕੰਟਰੋਲ ਕਰਨਾ ਡਾਇਲੌਗਸ ਵੱਲ ਕਨਸੈਂਟਰੇਟ ਕਰਕੇ ਰੱਖਣਾ ਆਪਣੇ ਕਰੈਕਟਰ ਨੂੰ ਉਦਾਂ ਹੀ ਕਾਮਯਾਬ ਕਰਕੇ ਰੱਖਣਾ ਜਿੱਦਾ ਆਪਾਂ ਸਕਰੀਨ ਤੇ ਉਦਾਂ ਹੀ ਆਪਾਂ ਨੂੰ ਸੈੱਟ ਤੇ ਰੱਖਣਾ ਪੈਂਦਾ ਵਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਾ ਜਦੋਂ ਇਨਸਾਨ ਕਿਸੇ ਸਫਰ ਦੀ ਸ਼ੁਰੂਆਤ ਕਰਦਾ ਹੈ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਐਕਸਟਰਾ ਹਾਂਜੀ ਫਿਰ ਜਿਵੇਂ ਜਿਵੇਂ ਐਕਸਪੀਰੀਅੰਸ ਹੁੰਦਾ ਜਾਂਦਾ ਉਹ ਛੱਡਦਾ ਜਾਂਦਾ ਕਿਹੜੀਆਂ ਚੀਜ਼ਾਂ ਸੀ ਤੁਹਾਡੇ ਸੁਭਾਸ਼ ਜਿਹੜੀਆਂ ਛੱਡੀਆਂ ਫਿਲਮ ਲਾਈਨ ਚ ਮੈਂ ਪਹਿਲਾਂ ਹਰ ਇੱਕ ਚੀਜ਼ ਲਈ ਕਾਲੀ ਬੜੀ ਪੈਣੀ ਹਾਂ ਕਿ ਜਿੱਦਾਂ ਏ ਸੀ ਨੂੰ ਹੋ ਜਾ ਮੈਂ ਵੀਟ ਕਰ ਲਉ ਨਹੀਂ ਉਹਨਾਂ ਦਾ ਸ਼ਾਰਟ ਲਾਤਾ ਵਾ ਮੈਨੂੰ ਇਨੇ 2.5 ਘੰਟੇ ਤੱਕ ਬਿਠਾਇਆ ਵਾ ਇਹ ਹੈਗੀ ਅੱਜ ਤੋਂ 2.5 3 ਸਾਲ ਪਹਿਲਾਂ ਦੀ ਗੱਲ ਹੈ ਨਾ ਬਟ ਨਹੀਂ ਉਹ ਚੀਜ਼ ਨੂੰ ਮਤਲਬ ਗਲਤੀਆਂ ਹੁੰਦੀਆਂ ਸਾਰਿਆਂ ਤੋਂ ਤੇ ਮੈਂ ਉਹ ਚੀਜ਼ ਨੂੰ ਭੁੱਲ ਕੇ ਅੱਗੇ ਆਪਣੇ ਆਪ ਨੂੰ ਇੰਪਰੂਵ ਕਰ ਰਹੀ ਹਾਂ ਤੇ ਉਮੀਦ ਕਰਦੀ ਇੰਪਰੂਵ ਕਰਦੀ ਹੀ ਰਵਾਂ ਜਣੀ ਪੇਸ਼ੈਂਟਸ ਲੈਵਲ ਨੂੰ ਕੰਟਰੋਲ ਕੀਤਾ ਜਿਹੜਾ ਲੂਜ਼ ਹੋ ਜਾਂਦਾ ਸੀ ਤੇ ਹੁਣ ਆਪਦੇ ਆਪ ਤੇ ਠਹਿਰਾ ਲੈ ਕੇ ਆਂਦਾ ਸੋਚ ਲਾਓ ਤੇ ਕਾਫੀ ਹੱਦ ਤੱਕ ਮੈਂ ਠਹਿਰਾਵ ਜਿਹੜਾ ਲੈ ਕੇ ਆਈ ਆ ਕਿਉਂਕਿ ਮੇਰੀ ਆਤਿਆ ਸੱਚ ਬੋਲ ਦੇਣਾ ਕਿਉਂਕਿ ਕਈ ਲੋਕ ਬੜੇ ਮੂਹ ਦੇ ਮਿੱਠੇ ਹੁੰਦੇ ਹਨ ਅਸਲੀਅਤ ਆਪਾਂ ਨੂੰ ਪਤਾ ਵੀ ਹੁੰਦੀ ਅੱਖਾਂ ਗਾੜੀ ਬਟ ਆਪਾਂ ਆਪਾਂ ਨਹੀਂ ਰਿਸਪੈਕਟ ਦੇ ਲੈਵਲ ਤੇ ਆਪਾਂ ਨਹੀਂ ਕਿਸੇ ਨੂੰ ਮੂੰਹ ਤੇ ਕਹਿੰਨੇ ਪਰ ਮੇਰੀ ਇਦਾਂ ਦਾ ਨੇਚਰ ਹੈਗਾ ਵਾ ਜਾਂ ਪਰਵਰੀਸ਼ੀ ਲਾ ਲੋ ਕਦੀ ਨਾ ਝੂਠ ਸੁਣਿਆ ਤੇ ਨਾ ਕਦੀ ਬੋਲਿਆ ਹਨਾ ਕਿ ਜਿਹੜੀ ਅੱਖੀ ਚੀਜ਼ ਦੇਖੀਏ ਉਹਨੂੰ ਉਸੇ ਵੇਲੇ ਰਿਐਕਟ ਕਰ ਦੋ ਹਾਂਜੀ ਕੁੜੀਆਂ ਲਈ ਖੇਤਰ ਅਕਸਰ ਇਹ ਸਵਾਲ ਆਉਂਦਾ ਹੈ ਕੁੜੀਆਂ ਲਈ ਖੇਤਰ ਸੇਫ ਨਹੀਂ ਇਹ ਹੈ ਉਹ ਹੈ ਇਹ ਸਵਾਲ ਆਉਂਦੇ ਰਹਿੰਦੇ ਆ ਤੁਹਾਡਾ ਕਾਫੀ ਕਈ ਸਾਲ ਹੋ ਗਏ ਆ ਹੁਣ ਕਿਵੇਂ ਲੱਗਦਾ ਦੇਖੋ ਐਕਟਿੰਗ ਲਾਈਨ ਨੂੰ ਛੱਡ ਕੇ ਕਿਸੇ ਵੀ ਖੇਤਰ ਚ ਲਾਓ ਤੇ ਸੇਫ ਤੇ ਕੁੜੀਆਂ ਕਿਤੇ ਵੀ ਨਹੀਂ ਮੁੰਡੇ ਵੀ ਨਹੀਂ ਸੇਫ ਆਪਾਂ ਹਮੇਸ਼ਾ ਪੱਲੂ ਕੁੜੀਆਂ ਵਾਲੀ ਟਰ ਹੋਣੇ ਆ ਕਿ ਸੇਫ ਨਹੀਂ ਮੁੰਡੇ ਵੀ ਨਹੀਂ ਸੇਫ ਹੈਗੇ ਕਿਸੇ ਵੀ ਜਗ੍ਹਾ ਆਪਣੇ ਆਪਾ ਆਪਣੇ ਆਪ ਨੂੰ ਕਿੱਦਾਂ ਕੈਰੀ ਕਰਦੇ ਆ ਉਹ ਆਪਣੇ ਤੇ ਡਿਪੈਂਡ ਕਰਦਾ ਵਾ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਆਪਣੇ ਲਈ ਇਨ ਕੌਨਫੀਡੈਂਟ ਰੋ ਕੋਈ ਕਿਸੇ ਨੂੰ ਕੁਝ ਨਹੀਂ ਕਹੂਗਾ ਮੁੰਡੇ ਕੁੜੀਆਂ ਸਭ ਇੱਕ ਬਰਾਬਰ ਕੀ ਆ ਹਾਂਜੀ ਅੱਛਾ ਆਖਰੀ ਸਵਾਲ ਆ ਮੇਰਾ ਹਾਂਜੀ ਫਿਲਮ ਲਾਈਨ ਦੇ ਵਿੱਚ ਕੋਈ ਜੁੜੀ ਯਾਦ ਸਾਂਝੀ ਕਰਨੀ ਚਾਹੋ ਕੋਈ ਸ਼ੂਟਿੰਗ ਟਾਈਮ ਕੋਈ ਰੌਚਕ ਘਟਨਾ ਕੋਈ ਦੁਖਦ ਘਟਨਾ ਜਿਹੜੀ ਹਮੇਸ਼ਾ ਨਾਲ ਹਜੇ ਤੱਕ ਯਾਦ ਹੋਵੇ ਏਦਾਂ ਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਵਾਪਰਦੀਆਂ ਪਹਿਲੀ ਤੇ ਮੈਂ ਇੱਕ ਵਾਰੀ ਫਿਲਮ ਕੀਤੀ ਸੀ ਗੁਰਪ੍ਰੀਤ ਭੰਗੂ ਮੈਮ ਦੇ ਨਾਲ ਡੂੰਗਾ ਦਰਿਆ ਸ਼ਾਰਟ ਮੂਵੀ ਸੀ ਸਾਡੇ ਡਿਪਟੀ ਕਮਿਸ਼ਨਰ ਜੀ ਨੇ ਤਰਨਤਾਰਨਦੀਨ ਪ੍ਰੋਡਿਊਸ ਕੀਤੀ ਸੀ ਤੇ ਉਦੋਂ ਮੈਂ ਉਹਨਾਂ ਦੀ ਕੁੜੀ ਦਾ ਕਿਰਦਾਰ ਕੀਤਾ ਸੀ ਤੇ ਬਾਅਦ ਵਿੱਚ ਸਕਰੀਨਿੰਗ ਟਾਈਮ ਮੈਮ ਤੇ ਮੈਮ ਕਹਿੰਦੇ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਇੰਨੀ ਛੇਤੀ ਮਤਲਬ ਫਿਲਮ करूंगी ਹਨਾ ਵੱਡੇ ਪਰਦੇ ਤੇ करूंगी ਤੇ ਉਹਨਾਂ ਨੇ ਉਹਨਾਂ ਦੇ ਅੱਖਾਂ ਭਰੀਆਂ ਹੋਈਆਂ ਸੀ ਤੇ ਕਹਿੰਦੇ ਸੀ ਕਿ ਮਤਲਬ ਮੈਂ ਕੁੜੀ ਨੂੰ ਇਦਾਂ ਮਿਲੀ ਇੰਨੀ ਛੇਤੀ ਤੁਸੀਂ ਗ로우 ਕਰ ਗਿਓ ਉਸ ਟਾਈਮ ਤੇ ਮੈਨੂੰ ਆਪਣੇ ਆਪ ਚ ਆਪਣੇ ਆਪ ਨੂੰ ਇੱਕ ਬੰਦੇ ਨੂੰ ਫੀਲ ਪ੍ਰਾਊਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਉਸ ਪੁਆਇੰਟ ਤੇ ਮੈਂ ਕੀਤਾ ਫਿਰ ਇੱਕ ਮੇਰੀ ਕੁੜੀਆ ਜਵਾਨ ਬਾਪੂ ਪਰੇਸ਼ਾਨ ਦੇ ਵਿੱਚ ਉਹ ਕਰਮਜੀਤ ਸਰ ਸਾਨੂੰ ਕੁੱਟਦੇ ਨੇ ਕਲੱਬ ਦੇ ਵਿੱਚ ਉਹ ਅਸੀਂ ਆਉਨੇ ਆ ਹਨਾ ਉਹ ਜਦੋਂ ਉਹਨਾਂ ਨੇ ਕੁੱਟਿਆ ਨਾ ਉਹ ਇੱਕ ਪਿਆਰਤੀ ਦਾ ਜਿਹੜਾ ਕਨੈਕਸ਼ਨ ਜੇ ਹੈਗਾ ਹੀ ਨਾ ਦੁੱਖ ਜਿਹਾ ਮਹਿਸੂਸ ਹੋਇਆ ਕਿ ਕੁੱਟਿਆ ਵਾ ਇਹ ਗਲਤੀ ਕੀਤੀ ਪਰ ਗਲਤੀ ਕੀਤੀ ਨਹੀਂ ਉਹ ਜਿਹੜੀ ਫਿਲਮ ਬੜੇ ਮੇਰੇ ਦਿਲ ਦੇ ਕਰੀਬ ਹੈ ਉਹਦੀ ਹਰ ਇੱਕ ਇਕੱਲੀ-ਕੱਲੀ ਯਾਦ ਜਿਹੜੀ ਹੈਗੀ ਆ ਮੈਨੂੰ ਲੱਗਦਾ ਲਾਈਫਟਾਈਮ ਯਾਦ ਰਹੂਗੀ ਉਹ ਤਾਂ ਮੈਂ ਆਪਣਾ ਸਫਰ ਸ਼ੁਰੂਆਤ ਕੀਤੀ ਮਤ ਬਾਚਨ ਗੱਲ ਕੇ ਗੱਲਬਾਤ ਕਰਕੇ ਟਾਈਮ ਦਿੱਤਾ ਬਹੁਤ ਸ਼ੁਕਰੀਆ। थैंक यू सो मच सर थैंक यू। ਨਵੀਂ ਪੀੜ੍ਹੀ ਦਾ ਆਉਣਾ ਤੇ ਪੁਰਾਣਿਆਂ ਦਾ ਸੀਨੀਅਰ ਹੋ ਜਾਣਾ, ਤਜਰਬੇਕਾਰ ਹੋ ਜਾਣਾ ਇਹ ਸਮੇਂ ਦਾ ਦਸਤੂਰ ਹੈ। ਸੋ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਦਿਓ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ।